ਇਹ ਬੁਲਬਲ ਵਾਲਾ ਮੀਂਹ ਪੈਣ ਲੱਗ ਗਿਆ, ਝੜੀ ਲੱਗ ਗਈ। ਜੇ ਬੁਲਬਲ ਵਾਲਾ ਮੀਂਹ ਪੈਣ ਲੱਗਦਾ ਫਿਰ ਇਹਦਾ ਮਤਲਬ ਮੀਂਹ ਝੜੀ ਲੱਗ, ਥੋੜ੍ਹਾ ਥੋੜ੍ਹਾ ਡਿੱਗ ਜਾਣਾ ਇਹਨੇ ਰਚਮਾ, ਸਾਰੀ ਦਿਹਾੜੀ ਪਊਗਾ ਇਹਦੇ ਸਾਹਮਣੇ। ਪਹਿਲਾਂ ਵੀ ਸਾਡਾ ਵੀ ਅੜੀ ਗਿਆ, ਹੁਣ ਆਹ ਰਚਮਾ ਪੈਣ ਲੱਗ ਗਿਆ। ਜਦੋਂ ਬੁਲਬਲਾ ਜਿਹਾ ਬਣ ਲੱਗ ਜਾਂਦਾ ਤਾਂ ਸਮੇਂ ਉਹ ਝੜੀ ਹੋਈ ਆ। ਹੋਰ ਤੁਸੀਂ ਵੀ ਦੱਸੋ ਕਿੱਥੇ ਕਿੱਥੇ ਪੈ ਰਿਹਾ, ਕਿਹੜਾ ਪਿੰਡ 'ਚ ਪੈ ਰਿਹਾ, ਕਿਹੜੇ ਸ਼ਹਿਰ ਵਿੱਚ ਪੈ ਰਿਹਾ। ਲੁਧਿਆਣੇ ਦਾ ਜ਼ੋਰਾਂ ਸ਼ੋਰਾਂ ਨਾਲ ਪੈ ਰਿਹਾ ਬਾਈ, ਆਹ ਦੇਖ ਲਓ ਪੂਰਾ ਰਚਮਾ ਵੀ ਪੈ ਰਿਹਾ ਵਾ, ਟਿਕਾ ਕੇ ਇੱਕ ਸਪੀਡ 'ਤੇ ਚੱਲ ਰਿਹਾ। ਹੋਰ ਕਿੱਥੇ ਕਿੱਥੇ ਪੈਂਦਾ, ਕਿਹੜੇ ਪਿੰਡ, ਕਿਹੜਾ ਜ਼ਿਲ੍ਹੇ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਈ। ਕੱਪੜੇ ਪਿੰਡ ਹੀ ਕਰ ਲਓ ਜੇ ਇੱਕ ਵਾਰ ਘਰ ਵਿੱਚ ਵਿਚਾਰ ਨਹੀਂ।